ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਏਟੀਟੀ 364 ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਅਧਿਆਪਕ ਸਾਥੀਓ, ਕੱਲ੍ਹ ਵੀ ਲਾਈਵ ਦੇ ਮਾਧਿਅਮ ਦੇ ਰਾਹੀਂ, ਆਡੀਓ ਦੇ ਮਾਧਿਅਮ ਰਾਹੀਂ ਸਾਰੀ ਗੱਲਬਾਤ ਤੁਹਾਨੂੰ ਦੱਸ ਚੁੱਕੇ ਹਾਂ ਕਿ ਫਿਲਹਾਲ ਜਿਹੜੀ ਅੱਜ ਦੀ ਆਪਣੀ ਤਰੀਕ ਹੈ 364 ਦੀ, ਜੋ CM ਡਿਪਾਰਟਮੈਂਟ ਵੱਲੋਂ ਗਈਆਂ ਗਈਆਂ ਨੇਗੀਆਂ, ਅਤੇ ਆਪਾਂ ਜਿਹੜਾ ਆਪਣਾ CM ਨੂੰ ਡਿਫੈਂਡ ਕਰਨ ਦੇ ਲਈ ਜਿਹੜਾ ਵਕੀਲ ਹੈ ਆਪਾਂ ਆਪਣੇ ਵੱਲੋਂ ਹਾਇਰ ਕਰ ਰਹੇ ਹਾਂ ਸਾਥੀਓ, ਵਕੀਲ ਸਾਡੇ ਵੱਲੋਂ ਕਰ ਲਿਆ ਗਿਆ, ਲੇਕਿਨ ਉਹਨਾਂ ਦੀ ਬਣਦੀ ਫੀਸ ਆ ਸਾਥੀਓ ਜਿਹੜੀ, ਉਹ ਅਜੇ ਤੱਕ ਜਿਹੜੀ ਨਹੀਂ ਹੋਈ। ਅਤੇ ਆਪਾਂ 9:30 ਦਸ ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀ ਹੈਗੀ ਹੈ, ਪੇਸ਼ੀ ਤੋਂ ਪਹਿਲਾਂ, ਹੀਅਰਿੰਗ ਤੋਂ ਪਹਿਲਾਂ ਜਿਹੜੀ ਆਪਾਂ ਪੇਮੈਂਟ ਹੈ ਸਾਥੀਓ, ਉਹ ਵਕੀਲ ਸਾਹਿਬ ਦੀ ਪੂਰੀ ਕਰਨੀ ਹੈ, ਕਿਉਂਕਿ ਫਿਲਹਾਲ ਜਿਹੜੇ ਹੈਗੇ ਦਿੱਕਤ ਇਹ ਫੰਡ ਕਣੀ ਜਿਹੜੀ ਬਹੁਤ ਜ਼ਿਆਦਾ ਆ ਰਹੀ ਆ। ਤਾਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਸਾਥੀ ਜਿਹੜੀ ਹੈਗੇ ਆ, ਜਿੰਨੇ ਵੀ ਸਾਥੀ ਰਹਿੰਦੇ ਨੇ ਫੰਡ ਕਣੀਓ, ਜਾਂ ਜਿਹਨਾਂ ਸਾਥੀਆਂ ਨੇ ਫੰਡ ਦੇ ਦਿੱਤਾ, ਉਹ ਸਾਥੀ ਹੋਰ ਸਾਥੀਆਂ ਤੋਂ ਫੰਡ ਕਰਵਾਓ, ਤਾਂ ਜੋ ਆਪਾਂ ਫੀਸ ਆ ਜਿਹੜੀ ਦੇ ਸਕੀਏ। ਸਾਰੇ ਸਾਥੀ ਹਿੰਮਤ ਪਾਲੋ ਤਾਂ ਜੋ ਆਪਾਂ ਵਕੀਲ ਦੀ ਫੀਸ ਪੂਰੀ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।